ਪਟਿਆਲਾ ਦੇ ਰਾਜਪੁਰਾ ਰੋਡ ਤੇ ਸਥਿਤ ਟੋਲ ਪਲਾਜ਼ਾ ਦੇ ਨੇੜਲੇ ਗੁਰੂ ਨਾਨਕ ਪੈਟਰੋਲ ਪੰਪ ਤੇ ਬੀਤੀ ਰਾਤ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਏ ਜਿਨ੍ਹਾਂ ਕੋਲ ਦੋ ਰਿਵਾਲਵਰਾਂ ਵੀ ਸਨ। ਉਹਨਾਂ ਨੇ ਪੈਟਰੋਲ ਪੰਪ ਦੇ ਵਰਕਰਾਂ ਤੋਂ 5000 ਰੁਪਏ ਲੈਣ ਤੋਂ ਬਾਅਦ ਕੁਲਦੀਪ ਨਾਂ ਦੇ ਵਰਕਰ ਨੂੰ ਗੋਲੀ ਮਾਰ ਦਿੱਤੀ। ਨੇੜਲੇ ਢਾਬੇ ਦੇ ਵਿਅਕਤੀਆਂ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਲੁਟੇਰਿਆਂ ਨੇ ਢਾਬੇ ਵਾਲੇ ਤੇ ਹੀ ਗੋਲੀ ਚਲਾ ਦਿੱਤੀ। ਇਸ ਹਾਦਸੇ ਵਿੱਚ ਇਹਨਾਂ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ। ਸਾਈ ਤਿੰਨ ਬੰਦੇ ਇੱਥੇ ਆ ਗਏ, ਸਾਨੂੰ ਕਹਿ ਰਹੇ ਵੀ ਪੈਸੇ ਦਿਓ, ਕੀ ਹੈ ਤੁਹਾਡੇ ਕੋਲ? ਸਾਡੇ ਕੋਲ ਕੁਝ ਨਹੀਂ ਹੈਗਾ। ਮਾਂ ਕਿਹਾ ਨਹੀਂ, ਕਿਹਾ ਦੋ ਕੈਸ਼ ਕੁਛ ਦਿਓ। ਉਹਨਾਂ ਕਿਹਾ ਮਾਂ ਚੱਲ ਮੇਰੇ ਕੋਲ ਤਾਂ ਹੈਗੀਆਂ ਵੀਰੇ 5000 ਰੁਪਈਆ ਮਾਂ ਮੇਰੇ ਕੋਲ, ਕਿਹਾ ਫੜਾ ਤੂੰ ਤਾਂ ਫੜਾ। ਉਹ ਦੂਜੇ ਨੂੰ ਕਿਹਾ, ਉਹ ਕਿਹਾ ਮੇਰੇ ਕੋਲ ਕੁਝ ਨਹੀਂ ਹੈਗਾ, ਕਿਹਾ ਠੋਕ ਦਾ ਉਹਦਾ ਗੋਲੀ ਮਾਰੀ ਜੀ। ਦੋ ਬੰਦੇ ਸੀਗੇ। ਕੌਣ ਸੀ ਦੋਨੋਂ? ਸਰ ਦੋ ਬੰਦੇ ਸੀਗੇ, ਡਰਾਈਵਰ ਸੀ। ਕਿੱਥੋਂ ਦੇ? ਇੱਕ ਦੌਣ ਕਲਾਂ ਦਾ, ਇੱਕ ਆਲਮਪੁਰ ਦਾ। ਕੀ ਨਾਮ ਸੀ ਇਹਨਾਂ ਦਾ? ਇੱਕ ਦਾ ਕੁਲਦੀਪ ਸੀ, ਇੱਕ ਦਵਿੰਦਰ ਜੀ। ਕੀ ਕਰਨ ਰਿਹਾ ਪਤਾ ਨਹੀਂ ਲੱਗੇ ਕਿ ਕੀ ਕੋ ਕੋਲੀ ਗੁਲੀ ਨਾ, ਕਿੰਨੇ ਕੁ ਬੰਦੇ ਸੀ, ਕਿੰਨੀ ਪਿਸਤੌਲਾਂ ਸੀ ਉਹਨਾਂ ਕੋਲ? ਉਹਨਾਂ ਕੋਲ ਦੋ ਪਿਸਤੌਲਾਂ ਸੀ। ਤਿੰਨ ਬੰਦੇ ਸੀ? ਤਿੰਨ ਬੰਦੇ ਸੀ। ਕਿਸ ਤੇ ਆਏ ਸੀ? ਬੋਲਟ ਤੇ।